ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰਿਆਂ ਕੋਲ ਦਿੱਤਾ ਹੋਇਆ ਮਨ ਹੈ। ਸਾਰੀ ਦੁਨੀਆ ਦੇ ਕੋਲ ਆਪੋ ਆਪਣੇ ਮਨ ਹਨ। ਕਹਿ ਵੀ ਦੇਈਦਾ ਹੈ ਮੇਰਾ ਮਨ ਨਹੀਂ ਕਰਦਾ, ਮੈਂ ਆ ਕੰਮ ਕਰਾਂ। ਕੌਣ ਕਹਿੰਦਾ ਹੈ, ਕੌਣ ਕਹਿ ਰਿਹਾ ਹੈ ਜਿਹੜਾ ਆਖਦਾ ਹੈ ਮੇਰਾ ਮਨ ਨਹੀਂ ਕਰਦਾ? ਇੱਕ ਚਿੱਤ ਹੈ, ਇੱਕ ਮਨ ਹੈ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ, ਇੱਕ ਹੋ ਜਾਂਦੇ ਹਨ। ਆਓ ਆਪਣਾ ਆਪਣਾ ਮਨ ਜੋੜੋ ਗੁਰਬਾਣੀ ਦੇ ਨਾਲ, ਜੋ ਸਾਡੀ ਗੁਰੂ ਹੈ। ਅਸੀਂ ਅੰਧਕਾਰ ਵਿੱਚ, ਹਨੇਰੇ ਵਿੱਚ ਠੇਡੇ ਖਾ ਰਹੇ ਹਾਂ, ਸੱਟਾਂ ਵੱਜ ਰਹੀਆਂ ਹਨ, ਮਨ ਦੁਖੀ ਹਨ, ਦੁਖੀ ਮਨਾਂ ਦਾ ਰੋਣਾ ਨਿਕਲ ਰਿਹਾ ਹੈ ਅੱਖਾਂ ਦੇ ਵਿੱਚੋਂ। ਕੋਈ ਕਿਸੇ ਤਰ੍ਹਾਂ ਦੁਖੀ ਹੈ, ਕੋਈ ਕਿਸੇ ਤਰ੍ਹਾਂ ਦੁਖੀ ਹੈ, ਪਰ ਭਰੀ ਪਈ ਹੈ ਦੁਨੀਆ ਮਨਾਂ ਦੇ ਨਾਲ। ਜਿਹੜੇ ਤਨਾਂ ਦੇ ਵਿੱਚ ਮਨ ਰਹਿ ਰਹੇ ਹਨ ਪਿਆਰੇ, ਉਹ ਮਨ ਦੁਖੀ ਹਨ ਬਿਨਾਂ ਸਿਮਰਨ ਤੋਂ, ਬਿਨਾਂ ਬੰਦਗੀ ਤੋਂ, ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ। ਸਤਿਗੁਰਾਂ ਨੇ ਹੁਕਮ ਕਰ ਦਿੱਤੇ ਹਨ, ਨਾਨਕ ਦੁਖੀ ਆ ਸਭ ਸੰਸਾਰ, ਕੋਈ ਸੁਖੀ ਨਹੀਂ ਲੱਗਦਾ। ਗੁਰਬਾਣੀ ਸਾਡੀ ਗੁਰੂ ਹੈ, ਗੁਰਬਾਣੀ ਪੜ੍ਹਨ ਨਾਲ ਮਨ ਨੂੰ ਟਿਕਾਓ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ, ਧੀਰਜ ਮਿਲਦੀ ਹੈ। ਇਹ ਗੁਰਬਾਣੀ ਧੁਰੋਂ ਆਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਚਾਨਣਾ ਦੇ ਰਹੀ ਹੈ ਸਾਰੇ ਜਗਤ ਨੂੰ। ਗੁਰਬਾਣੀ ਇਸ ਜਗ ਮਹਿ ਚਾਨਣ, ਇਸ ਜੱਗ ਵਿੱਚ ਅੰਧਿਆਰਾ ਵਰਤਿਆ ਹੋਇਆ ਹੈ, ਹਨੇਰਾ ਹੀ ਹਨੇਰਾ ਹੈ, ਪਾਪਾਂ ਦਾ, ਗੁਨਾਹਾਂ ਦਾ, ਗਲਤੀਆਂ ਦਾ, ਭੁੱਲਾਂ ਦਾ, ਵਿਸ਼ਿਆਂ ਦਾ, ਵਿਕਾਰਾਂ ਦਾ, ਚੋਰੀਆਂ ਦਾ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਠੱਗੀਆਂ, ਜੀ ਨਾਲ ਠੱਗੀਆਂ ਦਾ, ਇਹ ਸਭ ਹਨੇਰਾ ਫੈਲਿਆ ਹੋਇਆ ਹੈ। ਆਸਾ ਜੀ ਦੀ ਵਾਰ ਪੜਿਆ ਕਰੋ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਇਹ ਮਨ ਕੀ ਕਰਦਾ ਹੈ? ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਰਾਤ ਹੋਵੇ ਤੇ ਭਾਵੇਂ ਦਿਨ ਹੋਵੇ, ਦਲੀਲਾਂ ਸੋਚਦਾ ਰਹਿੰਦਾ ਹੈ ਮੈਂ ਕਿਵੇਂ ਠੱਗੀਆਂ ਮਾਰਾਂ। ਜੇ ਗੁਰਬਾਣੀ ਪੜ੍ਹੀਏ, ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਪਿਆਰੇ ਉਹ ਜ਼ਿੰਦਗੀ ਸਫਲ ਹੋ ਜਾਂਦੀ ਹੈ। ਬਸੰਤ ਮਹੱਲਾ ਪੰਜਵਾਂ, ਹਿੰਡੋਲ। ਆਓ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਨੂੰ ਗੁਰਬਾਣੀ ਜੋੜ ਰਹੀ ਹੈ। ਆਪਣੇ ਆਪਣੇ ਮਨ ਨੂੰ ਜੋੜੋ ਪਿਆਰੇ, ਉਹ ਮਨ ਜੁੜ ਗਿਆ ਤੇ ਤਨ ਵੀ ਜੁੜ ਜਾਵੇਗਾ। ਹਮੇਸ਼ਾ ਦਾਸਰਾ ਬੇਨਤੀ ਕਰਦਾ ਹੈ, ਸੇਵਕ ਬੇਨਤੀ ਕਰਦਾ ਹੈ, ਹੱਥ ਸੇਵਾ ਕਰਨਗੇ, ਅੱਖਾਂ ਗੁਰੂ ਦੇ ਦਰਸ਼ਨ ਕਰਨਗੀਆਂ, ਕੰਨ ਗੁਰਬਾਣੀ ਸੁਣਨਗੇ, ਪੈਰ ਗੁਰਦੁਆਰਾ ਸਾਹਿਬ ਵੱਲ ਚੱਲ ਪੈਣਗੇ, ਸਾਧ ਸੰਗਤ ਵੱਲ ਚੱਲ ਪੈਣਗੇ। ਵਾਹਿਗੁਰੂ ਜੀ ਦੀ ਮਹਿਮਾ ਨੂੰ, ਕੁਦਰਤ ਨੂੰ ਕੋਈ ਨਹੀਂ ਸਮਝ ਸਕਦਾ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ।
ਸਾਰਾ ਸ਼ਬਦ ਆਸਾ ਜੀ ਦੀ ਵਾਰ ਵਿੱਚੋਂ ਤੁਸੀਂ ਪੜ੍ਹਨਾ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਰ। ਸਭ ਕੁਦਰਤ ਹੈ, ਕੁਦਰਤ ਤਾਕਤ ਨੂੰ ਕਹਿੰਦੇ ਹਨ, ਜੋ ਪਰਮੇਸ਼ਰ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਤਾਕਤ ਹੈ। ਦਾਸ ਕੋਲੋਂ ਕੋਈ ਅੱਖਰ ਵੱਧ ਘੱਟ ਪੜ੍ਹਿਆ ਗਿਆ ਹੋਵੇ, ਤੁਸੀਂ ਆਪ ਗੁਟਕਾ ਸਾਹਿਬ ਖੋਲ੍ਹ ਕੇ ਪੜ੍ਹ ਲੈਣਾ, ਆਸਾ ਜੀ ਦੀ ਵਾਰ ਦੇ ਵਿੱਚੋਂ ਬੜਾ ਗਿਆਨ ਮਿਲੇਗਾ, ਬੜਾ ਚਾਨਣਾ ਮਿਲੇਗਾ ਗੁਰਬਾਣੀ ਦੇ ਵਿੱਚੋਂ। ਬਸੰਤ ਮਹੱਲਾ ਪੰਜਵਾਂ, ਹਿੰਡੋਲ ਬਸੰਤ ਰਾਗ ਹੈ। ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਵਿੱਚ ਮੈਂ ਕਾਮਣ ਮੇਰਾ ਕੰਤ ਕਰਤਾਰ ਮੇਰੇ ਕੰਤ ਵਾਹਿਗੁਰੂ ਜੀ ਵਸਦੇ ਹਨ, ਉਹਨਾਂ ਵਾਸਤੇ ਸਦਾ ਹੀ ਬਸੰਤ ਹੈ। ਪੰਜਵੇਂ ਪਾਤਸ਼ਾਹ ਧੰਨ 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 ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸਤਤ ਕਰ ਰਹੇ ਹਨ ਨਿਰੰਕਾਰ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ, ਜੋ ਕੁਦਰਤ ਹੈ। ਹਿੰਡੋਲ ਇਹ ਵੀ ਰਾਗ ਹੈ, ਸਤਿਗੁਰਾਂ ਨੇ ਬੰਦਿਸ਼ ਕੀਤੀ ਹੈ ਵਾਹਿਗੁਰੂ ਜੀ। ਕੌਣ ਤੁਹਾਡੀਆਂ ਕੁਦਰਤਾਂ ਨੂੰ ਤਾਕਤਾਂ ਨੂੰ ਸਮਝ ਸਕਦਾ ਹੈ? ਕੋਈ ਨਹੀਂ ਸਮਝ ਸਕਦਾ। ਤੇਰੀ ਕੁਦਰਤ ਤੂੰ ਹੈ ਜਾਣ ਹੈ ਵਾਹਿਗੁਰੂ ਜੀ, ਤੁਹਾਡੀ ਕੁਦਰਤ ਨੂੰ, ਤੁਹਾਡੀ ਤਾਕਤ ਨੂੰ, ਤੁਹਾਡੇ ਬਲ ਨੂੰ, ਚਤੁਰ ਦਿਸਾ ਕਿੰਨੋ ਬਲ ਆਪਣਾ ਤੁਸੀਂ ਹੀ ਜਾਣਦੇ ਹੋ, ਕੋਈ ਨਹੀਂ ਜਾਣ ਸਕਦਾ। ਬੰਦੇ ਦਾ ਤੇ ਆਪਣਾ ਬਲ ਵੀ ਬੰਦੇ ਦੇ ਹੱਥ ਨਹੀਂ, ਤਾਕਤ ਬੰਦੇ ਦੇ ਹੱਥ ਨਹੀਂ, ਬੰਦੇ ਦੀ ਆਪਣੀ ਸ਼ਕਤੀ ਬੰਦੇ ਦੇ ਹੱਥ ਨਹੀਂ, ਇਸ ਕਾ ਬਲ ਨਾ ਹੀ ਇਸ ਹੱਥ, ਕਰਨ ਕਰਾਮਨ ਸਰਬ ਕੋ ਨਾਥ। ਇਹ ਬੰਦਾ ਕਹਿੰਦਾ ਹੈ ਮੈਂ ਕਰਦਾ ਹਾਂ, ਪਰ ਇਹਨੂੰ ਕੌਣ ਸਮਝਾਵੇ? ਤੂੰ ਕੁਝ ਨਹੀਂ ਕਰ ਰਿਹਾ, ਕਰਨ ਕਰਾਮਨ ਸਰਬ ਕੋ ਨਾਥ, ਤੈਨੂੰ ਤਾਂ ਆਗਿਆ ਵਿੱਚ ਰਹਿਣਾ ਦੱਸਿਆ ਸੀ, ਤੂੰ ਆਗਿਆ ਵਿੱਚ ਨਾ ਰਹਿਣ ਕਰਕੇ ਦੁੱਖਾਂ ਵਿੱਚ ਪੈ ਗਿਆ ਹੈ। ਆਗਿਆਕਾਰੀ ਬੱਪਰਾ ਜੀਓ, ਬੱਪਰਾ ਦੇਹ ਨੂੰ ਕਹਿੰਦੇ ਹਨ, ਤਨ ਨੂੰ ਕਹਿੰਦੇ ਹਨ, ਆ ਜਿਹੜਾ ਬੰਦੇ ਦਾ ਸਰੀਰ ਹੈ। ਤੇਰੀ ਕੁਦਰਤ ਤੂੰ ਹੈ ਜਾਣ ਹੈ ਵਾਹਿਗੁਰੂ ਜੀ, ਤੁਹਾਡੀ ਤਾਕਤ ਨੂੰ ਤੁਸੀਂ ਹੀ ਜਾਣ ਸਕਦੇ ਹੋ। ਛਿਨਮੈ ਰਾਓ ਰੰਕ ਕਉ ਕਰੇ, ਰਾਓ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ ਯਹਿ ਤਾਕੋ ਵਿਵਹਾਰੇ। ਇੱਕ ਪਲ ਵਿੱਚ ਲੱਖਾਂ ਤੋਂ ਕੱਖਾਂ ਵਿੱਚ ਕਰ ਦਿੰਦੇ ਹੋ, ਇੱਕ ਅੱਖ ਦੀ ਪਲਕ ਵਿੱਚ ਕੱਖਾਂ ਤੋਂ ਲੱਖਾਂ ਵਿੱਚ ਕਰ ਦਿੰਦੇ ਹੋ। ਤੁਹਾਡੀ ਤਾਕਤ ਨੂੰ ਦੂਜਾ ਕੋਈ ਨਹੀਂ ਜਾਣ ਸਕਦਾ। ਤੇਰੀ ਕੁਦਰਤ, ਕੁਦਰਤ ਤਾਕਤ ਬਲ ਅਮਤੋਜ, ਤੇਰੀ ਕੁਦਰਤ ਤੂੰ ਹੈ ਜਾਣ ਹੈ ਵਾਹਿਗੁਰੂ, 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 ਤੇਰੀ ਕੁਦਰਤ ਤੂੰ ਹੈ ਜਾਣ ਹੈ ਵਾਹਿਗੁਰੂ ਜੀ, ਦੂਜਾ ਕੋਈ ਨਹੀਂ ਜਾਣ ਸਕਦਾ। ਕਿਉਂਕਿ ਜਿੰਨਾ ਦੂਜਾ ਬਣਿਆ ਹੈ ਇਹ ਮਾਲਕ ਤੁਸਾਂ ਆਪ ਹੀ ਬਣਾ ਕੇ ਭੁਲਾ ਛੱਡਿਆ ਹੈ।
ਕੋਈ ਨਾ ਦੂਜਾ ਜਾਣੇ। ਕੋਈ ਨਹੀਂ ਜਾਣ ਸਕਦਾ ਤੁਸਾਂ ਦੀ ਕੁਦਰਤ ਨੂੰ, ਤਾਕਤ ਨੂੰ, ਜਿਸ ਤੇ ਕਿਰਪਾ ਕਰੋ ਕੋਈ ਉਹ ਜਾਣ ਸਕਦੇ ਹਨ ਜਿਹੜੇ ਲੜ ਲੱਗ ਗਏ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਜਾਂ ਵਾਲੇ ਤੇ ਕਲਗੀਆਂ ਵਾਲੇ ਸਤਿਗੁਰਾਂ ਦੇ ਚਰਨਾਂ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਉਹਨਾਂ ਨੂੰ ਵਾਹਿਗੁਰੂ ਸੋਝੀ ਦੇ ਦਿੰਦੇ ਹਨ। ਉਹੀ ਉਹ ਪਛਾਣ ਲੈਂਦੇ ਹਨ, ਰੈਕਗਨਾਈਜ਼ ਕਰ ਲੈਂਦੇ ਹਨ। ਜਿਸ ਨੂੰ ਕਿਰਪਾ ਕਰ ਹੈ ਮੇਰੇ ਪਿਆਰੇ, ਜਿਸ ਤੇ ਕਿਰਪਾ ਕਰ ਦਿੰਦੇ ਹੋ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਬਾਜਾਂ ਵਾਲੇ ਸਤਿਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਜੀ, ਇਹ ਤੇ ਭਾਗਾਂ ਦੀ ਖੇਡ ਹੈ ਕਿਹਦੇ ਤੇ ਕਿਰਪਾ ਹੁੰਦੀ ਹੈ, ਕੌਣ ਤੁਸਾਂ ਨੂੰ ਪਛਾਣ ਸਕਦਾ ਹੈ। ਜਿਸ ਤੇ ਕਿਰਪਾ ਕਰ ਦਿੰਦੇ ਹੋ, ਜਿਸ ਨੂੰ ਕਿਰਪਾ ਕਰ ਹੈ ਮੇਰੇ ਪਿਆਰੇ, ਕੋਈ ਉਹ ਤੁਸਾਂ ਨੂੰ ਪਛਾਣ ਸਕਦਾ ਹੈ ਜਿਸ ਤੇ ਤੁਸੀਂ ਕਿਰਪਾ ਕਰੋ, ਰਹਿਮ ਕਰੋ, ਜਿਸ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਭਗਤਾਂ ਤੇ ਤੁਸਾਂ ਕਿਰਪਾ ਕੀਤੀ ਹੈ, ਉਹਨਾਂ ਦਾ ਨਾਮ ਪਵਿੱਤਰ ਗੁਰਬਾਣੀ ਦੇ ਵਿੱਚ ਆ ਗਿਆ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੜੇ ਨਾਮ ਆ ਜਾਂਦੇ ਹਨ ਗੁਰਬਾਣੀ ਦੇ ਵਿੱਚ, ਤੇਰਿਆਂ ਭਗਤਾਂ ਕੋ ਬਲਿਹਾਰਾ, ਬਲਿਹਾਰ ਜਾਈਏ ਤੁਸਾਂ ਦਾ ਨਾਮ ਲੈਣ ਵਾਲੇ ਭਗਤਾਂ ਤੋਂ, ਜਿਨ੍ਹਾਂ ਨੇ ਤੁਸਾਂ ਨੂੰ ਜਪਿਆ ਹੈ, ਸਿਮਰਿਆ ਹੈ, ਆਰਾਧਿਆ ਹੈ, ਚਿੱਤ ਵਿੱਚ ਟਿਕਾਇਆ ਹੈ। ਤੇਰਿਆਂ ਭਗਤਾਂ ਕੋ ਬਲਿਹਾਰਾ, ਉਹ ਥਾਂ ਵੀ ਭਾਗਾਂ ਵਾਲਾ ਹੈ ਜਿੱਥੇ ਸਤਿਗੁਰਾਂ ਦੇ ਚਰਨ ਪੈ ਗਏ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਟੋਈ ਤਸੀਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਕਰਤ ਹਾਂ ਜਿੱਥੇ ਮ੍ਰਿਤ ਨ ਜਨਮ ਜਰਾ। ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਥਾਨ ਸੁਹਾਵਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ। ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਸਦਾ ਪ੍ਰਭ ਤੇਰਾ, ਸਦਾ ਪ੍ਰਭ ਤੇਰਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਥਾਨ ਤੇ ਹਰ ਵੇਲੇ ਪਵਿੱਤਰ ਪਾਵਨ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਵਡਿਆਈ ਹੋ ਰਹੀ ਹੈ। ਥਾਨ ਸੁਹਾਵਾ ਲੱਗ ਰਿਹਾ ਹੈ, ਥਾਨ ਸੁਹਾਵਾ ਸਦਾ ਪ੍ਰਭ ਤੇਰਾ। ਰੰਗ ਤੇਰੇ ਅਪਾਰਾ, ਵਾਹਿਗੁਰੂ ਜੀ ਤੁਸਾਂ ਦੇ
अपार रंग हन, तुहाडा रंग अपारा है, बहुत वड्डा है, रंगा रंग रंगन के रंगा, कीट हस्त पूर्ण सब संगा, रंगा विच तुसा दुनिया नू रंग छड़िया है, अंडज जेरज सेतज उत्पुज सब तेरे कीते जनता, अंडज जेरज उत्पुज सेतज, अंडज जेरज उत्पुज सेतज सब तेरे कीते जनता, एक पुरब मैं तेरा देखिया तू सबना माहे रवंता, कीट हस्त पूर्ण सब संगा, रंगा रंग रंगन के रंगा, कीट हस्त पूर्ण सब संगा, तेरा रंग रंग तेरे अपारा, थान सोहावा सदा प्रभ तेरा, रंग तेरे अपारा रहाओ, सेवा भी तुहाडी तुसां दी कृपा नाल ही बंदा बंदी कर सकते हन, तेरी सेवा तुझ ते होवे और ना दूजा करता, और कोई करता है ही नहीं, किन्नू सिमरिए दूजा, काहे सिमरिए जब मैं तै मर जाए, एको सिमरो नानका जो जाल थल रहया, समाए जाल थल मैयल पूरिया, स्वामी सिरजन हार अनक पांत होए पसरिया, नानक एकंकार, तेरी सेवा तुझ ते होवे और न दूजा करता, वाहिगुरु जी होर कोई करता है ही नहीं, एक ओंकार सतनाम करता पुरख, निरपो निर्वैर अकाल मूर्त, अजूनी सैभं गुर प्रसाद, भगत ओही है जेड़ा तुसानू पा जावे, भगत तेरा सोई तुद पावे, जिसनों तू रंग धरता, जिसनों रंग लग जान तुआडे नाम दे, सत नाम श्री वाहिगुरु जी दे, जातो हर रंग लागो, इस जोग में सो कहियत है सूरा, ओ सूरमा है जिने जेदे मन नू वाहिगुरु दे नाम दा रंग लग जावे, सो कहियत है सूरा, आत्म जिने सगल वस्ता कह जाका सतगुर पूरा, जे दे सतगुरु धन गुरु नानक साहब जी हन, कलगियां वाले बाजा वाले हन, गुरु ग्रंथ साहब जी हन, रंग लग जांदे हन, भगत तेरा सोई तुद पावे, जिसनो तू रंग तरता, तू वड्डे दाता, वाहिगुरु जी तुसी वड्डे दाते हो, सबना नू दान दे रहे हो, दाता वंड रहे हो, सानू ता दाता ही प्यारियां हन, दात प्यारी सानू ता वाहिगुरु जी भुल ही गए हन, विसरिया दातारा, वाहिगुरु जी तुहाडे वर्गा कोई दाता नहीं, तू वड दाता, तू वड दाना और नहीं को दूजा, होर कोई दूजा है ही नहीं तुसा तो बिना, तू वड दाता, तू वड दाना, और नहीं दूजा है ही नहीं, ताई उते तन गुरु नानक साहब जी ने ओंकार जी दे नाल एक ला दिता, एक ओंकार सतनाम, करता पुरख निरपौ निर्वैर अकाल मूरत, अजूनी सैभं गुर प्रसाद,
ਅੱਗੇ ਲਿਖ ਦਿੱਤਾ ਜਪ ਜਪੋ ਮਹਾਰਾਜ ਕਿਸ ਨੂੰ ਜਪੀਏ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਨਾਂ ਨੂੰ ਜਪੋ ਵਾਹਿਗੁਰੂ ਜੀ ਨੂੰ ਜਪੋ ਇੱਕ ਓਅੰਕਾਰ ਜੀ ਨੂੰ ਜਪੋ ਤੂੰ ਸਮਰੱਥ ਸੁਆਮੀ ਮੇਰਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਤੂੰ ਸਮਰੱਥ ਵਾਹਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਤੂੰ ਸਮਰੱਥ ਸੁਆਮੀ ਮੇਰਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਹਾਂ ਕਿਆ ਜਾਣਾ ਤੇਰੀ ਪੂਜਾ ਵਾਹਿਗੁਰੂ ਜੀ ਤੁਸਾਂ ਦੀ ਪੂਜਾ ਕਿਵੇਂ ਕਰਨੀ ਹੈ ਬਿਨਾਂ ਸਤਿਗੁਰੂ ਤੋਂ ਮੈਂ ਕਿਵੇਂ ਜਾਣਾ ਤੁਹਾਡਾ ਮਹਿਲ ਬੜਾ ਉੱਚਾ ਹੈ ਤੇਰਾ ਮਹਿਲ ਅਗੋਚਰ ਹੈ ਮੇਰੇ ਪਿਆਰੇ ਬਿਖਮ ਤੇਰਾ ਹੈ ਪਾਣਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਬਿਖਮ ਤੇਰਾ ਹੈ ਭਾਣਾ ਤੇਰਾ ਭਾਣਾ ਸਭ ਕਿਛ ਹੋਵੇ ਮਨ ਹੱਠ ਕੀ ਚੈ ਅੰਤ ਵਿਗੋਵੈ ਬਿਖਮ ਤੇਰਾ ਹੈ ਭਾਣਾ ਜਿਹੜਾ ਪਾਣਾ ਮੰਨ ਲੈਂਦਾ ਹੈ ਪਾਣਾ ਮੰਨਹਿ ਸੇ ਜਨ ਪ੍ਰਵਾਨ ਉਹ ਪ੍ਰਵਾਨ ਹੋ ਜਾਂਦਾ ਹੈ ਦਰਗਾਹ ਦੇ ਵਿੱਚ ਗੁਰੂ ਦੇ ਦਰ ਤੇ ਕਹੋ ਨਾਨਕ ਟੈ ਪਿਆ ਦੁਆਰੇ ਕਹੋ ਨਾਨਕ ਪਿਆ ਦੁਆਰੈ ਸਤਿਗੁਰੂ ਜੀ ਫਰਮਾਉਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਪੰਜਵੀਂ ਜੋਤ ਜਿਹੜੀ ਹੈ ਟਹਿ ਪਿਆ ਦੁਆਰੈ ਹਾਰ ਥੱਕ ਕੇ ਸਤਿਗੁਰਾਂ ਦੇ ਦੁਆਰੇ ਜਿਹੜਾ ਮਨ ਟਹਿ ਪੈਂਦਾ ਹੈ ਬੇਨਤੀ ਕਰਦਾ ਹੈ ਮੈਨੂੰ ਮੁਗਧ ਨੂੰ ਮੈਨੂੰ ਅਣਜਾਣ ਨੂੰ ਨਿਆਣੇ ਨੂੰ ਪੁੱਲਣ ਹਾਰ ਨੂੰ ਵਾਹਿਗੁਰੂ ਜੀ ਰੱਖ ਲਓ ਵਾਹਿਗੁਰੂ ਜੀ ਰੱਖ ਵੀ ਲੈਂਦੇ ਹਨ ਕਹੋ ਨਾਨਕ ਟਹਿ ਪਿਆ ਦੁਆਰੇ ਕੁਝ ਵੀ ਨਾ ਕਹਿਣਾ ਆਉਂਦਾ ਹੋਵੇ ਜਾ ਕੇ ਲੰਮੇ ਪੈ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੋਲਣ ਦੀ ਲੋੜ ਨਹੀਂ ਸਤਿਗੁਰ ਅੱਗੇ ਟਹਿ ਪਾਓ ਸਭ ਕੁਛ ਜਾਣੇ ਜਾਣ ਗੁਰੂ ਆਪੇ ਦਿਲ ਵਿੱਚੋਂ ਬੁੱਝ ਲੈਂਦੇ ਹਨ ਇਹਦੇ ਮਨ ਵਿੱਚ ਕੀ ਹੈ ਗੁਰੂ ਪੂਰਾ ਕਰ ਦਿੰਦੇ ਹਨ ਕਹੋ ਨਾਨਕ ਟਹਿ ਪਿਆ ਦੁਆਰੇ ਰੱਖ ਲੈ ਉਹ ਮੁਗਧ ਅਜਾਣਾ ਅੱਜ ਦੀ ਕਥਾ ਦੀ ਇੱਥੇ ਸਮਾਪਤੀ ਹੈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਧੰਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ ਉਦਾਸ ਦਿਲਬਾਗ ਸਿੰਘ ਨੂੰ ਆਪਣੇ ਸੇਵਕ ਨੂੰ ਖਿਮਾ ਕਰ ਦਿਓ ਗੁਰਬਾਣੀ ਪੜ੍ਹਨ ਲੱਗਿਆਂ ਕੁਦਰਤ ਦਾ ਸ਼ਬਦ ਪੜ੍ਹਨ ਲੱਗਿਆਂ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਹੋਰ ਵੀ ਬਹੁਤ ਸਾਰੇ ਸਾਰੇ ਸ਼ਬਦ ਪੜ੍ਹਦਿਆਂ ਤੁਕ ਲਾ ਕੰਨਾ ਅੱਖਰ ਅੱਗੇ ਪਿੱਛੇ ਮੈਥੋਂ ਪੜ੍ਹਿਆ ਗਿਆ ਹੈ ਸਤਿਗੁਰ ਜੀ ਖਿਮਾ ਕਰ ਦਿਓ ਇਸ ਜੀਭਾ ਦੀ ਡੋਰੀ ਤੁਸਾਂ ਦੇ ਹੱਥ ਹੈ ਪ੍ਰਭ ਡੋਰੀ ਹੱਥ ਤੁਮਾਰੇ ਜਿਵੇਂ ਬੁਲਾਉਂਦੇ ਹੋ ਤਿਵੇਂ ਬੰਦੇ ਬੋਲਦੇ ਹਨ ਅਸੀਂ ਬੋਲਦੇ ਹਾਂ ਤਿਵੇਂ ਮੈਥੋਂ ਵੀ ਬੋਲਿਆ ਗਿਆ ਹੈ ਜਿਵੇਂ ਜਿਵੇਂ ਤੁਸਾਂ ਬੁਲਾਇਆ ਹੈ ਭੁੱਲਾਂ ਸਤਿਗੁਰ ਜੀ ਖਿਮਾ ਕਰ ਦਿਓ ਆਪ ਖਿਮਾ ਦੇ ਘਰ ਹੋ ਦਇਆ ਦੇ ਘਰ ਹੋ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਜਿਨ੍ਹਾਂ ਸੰਗਤਾਂ ਨੇ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕੀਤੀ ਹੈ ਪਿਆਰਿਓ
आप साध संगत भी रब दा रूप हो, आप जी दे विच रब वसदा है, विच संगत हर प्रभ वसे जी, उदास नूं खिमा कर देना, भुल्लां ना चितारणियां, बंदा भुल्लण हार है, भुल्लण अंदर सब को अपुल गुरु करतार, भुल्लण विच किया सब कोई, करता आप न भुल्ले, वाहिगुरु नहीं भुल्लदे, बाकी सारी दुनिया भुल्लण वाली है, मैं भी भुल जांदा हां, साध संगत रब दा रूप है, मैनूं खिमा कर देना। के जिन्नी भी सेवा कर रहे हैं, यूट्यूब वाले कर रहे हैं, जिन्हें भी वर्कर हैं, जिन्हें भी सेवादार हैं, जिन्हें दी भी यूट्यूब है, आ जड़ी साइड है गुरबाणी वाली, वाहेगुरु जी एदा फल इन्हां नूं बख्शिश कर देण दी कृपालता करनी। बड़ा वड्डा पसारा है यूट्यूब दा, पर आ जड़ी साइड है गुरबाणी वाली, धन गुरु नानक साहब जी वाली, धन गुरु गोबिंद सिंह सच्चे पातशाह साहिब सतगुरु गुरु ग्रंथ साहिब जी वाली, गुर की बाणी जिस मन वसै, दुख दर्द सब ताता नसै, ए जड़ी साइड है सतगुर जी, एदा फल इना नू दे देना, आप सबना नू दे रहे हो खुशियां, बाबा जी यूट्यूब नू में खुशियां बख्शिश करनियां। हाथ जोड़ के बेनती है, जिन्हां संगतां ने पवित्र गुरबाणी सरवण कीती है, उन्हां संगतां नू में खुशियां दे खेड़े बख्शिश करन दी कृपालता कर देनी, आप सबना ते कृपा करन वाले हो, दया करन वाले हो। यूके दी जिन्नी भी संगत है, जिन्ने भी जीत इस धरती ते वसदे हन, भावे कोई भी है, वाहिगुरु जी सब दा भला करना, सब दा भला करना, बाबा जी सब दा भला करना, होर भी जड़ियां कंट्रियां हन, बाबा जी जिथे जिथे भी आत्म पसारा है, वाहिगुरु जी आप जी दा सारिआं दे सिर ते मेहर भरिआ हथ रखण दी कृपालता करनी। निर्गुण भी आप हो, सरगुण भी आप हो, प्यारे हो चले जाया करो, जो कम्मा तंदियां तो थके टुटे आंदे हो, यूट्यूब नू खोल लिया करो, गुरबाणी विचार लीड्स यूके लिख दिया करो, प्यारे हो आनंद माणिया करो गुरबाणी दा, एवरीवेयर हर पासे गुरबाणी ही गुरबाणी है, बिना गुरबाणी तो ये दुनिया दियां दे नाल, तना दे नाल, बॉडियां दे नाल, शरीरां दे नाल भरी पई है, उन्हां दे विच मन रहिंदे हन, पर मन उन्ना चिर रह सकते हैं जिन्ना चिर सा आते हैं, जदों सा बंद हो गए ये मन नहीं रह सकते, इस तन दे विच, इस देह दे विच, इस शरीर दे विच, ते तन रह भी इत्थे जाना है, मन ने अगे जाना है अपने अपने लेखे देण वास्ते, गुरबाणी दा चानना अपने हिरदे विच जगाया करो, गुरबाणी इस जग में चानन, 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 गुरबाणी इस जग में चानन। दासरे वालों बेनती है, सबसक्राइब जरूर कर दिया करो, अगे भी संगतां नूं आख्या करो, भाई गुरबाणी सरवण करो, बिना गुरबाणी तो इस वेले अपने मन दा कोई साथी नहीं, जदों जावांगे उदों में कोई साथी नहीं होवेगा, आ हाथ भी नाल नहीं होणगे, आ अखां भी कोल नहीं होणगियां, आ कन भी कोल नहीं होणगे, ऐ पैर भी कोल नहीं होणगे, तन इत्थे ही रह जावेगा, संग ना साथी, गमन अकेला, गमन कहंदे ने जाण नूं, कल्लियां नूं ही जाना पवेगा, नाम जप लो, सिमरन कर लो, गुरबाणी पढ़ लो, गुरबाणी सुन लो, वाहिगुरु जी का खालसा, वाहिगुरु जी की फतेह।